ਪੰਜਾਬ ਸਰਕਾਰ ਦੁਆਰਾ ਗਰੀਬ ਲੋਕਾਂ ਨੂੰ ਹਰ 6 ਮਹੀਨੇ ਬਾਅਦ 2 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਕਣਕ ਵੰਡੀ ਜਾਂਦੀ ਹੈ, ਪਰ ਇਸ ਵਾਰ ਕਣਕ ਵੰਡਣ ਲਈ ਈ ਪੋਜ ਮਸ਼ੀਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਫਿਰੋਜ਼ਪੁਰ ਦੇ ਫੂਡ ਸਪਲਾਈ ਇੰਸਪੈਕਟਰਾਂ ਨੇ ਇਸ ਮਸ਼ੀਨ ਦਾ ਬਾਈਕਾਟ ਕਰਕੇ ਡਾਇਰੈਕਟਰ ਫੂਡ ਸਪਲਾਈ ਵਿਭਾਗ ਚੰਡੀਗੜ੍ਹ ਦੇ ਨਾਮ ਮੈਮੋਰੈਂਡਮ ਦਿੱਤਾ ਹੈ। ਮਸ਼ੀਨਾਂ ਦਾ ਵੰਡ ਨੂੰ ਲੈ ਕੇ ਮੈਮੋਰੈਂਡਮ ਦਿੱਤਾ ਡਾਇਰੈਕਟਰ ਸਾਹਿਬ, ਡਾਇਰੈਕਟਰ ਫੂਡ ਸਪਲਾਈ ਦੇ ਨਾਮ 'ਤੇ ਮੈਮੋਰੈਂਡਮ ਹੈ। ਇਹ ਮੈਮੋਰੈਂਡਮ ਇਹ ਵੀ ਅਸੀਂ ਡਿਪੂ ਹੋਲਡਰ ਦੇ ਨਾਮ, ਡਿਪੂ ਹੋਲਡਰ ਰਾਹੀਂ ਕਣਕ ਦੀ ਵੰਡ ਕਰਾਈ ਜਾਵੇ, ਮਸ਼ੀਨਾਂ ਦੀ ਜਿਹੜੀ ਵੰਡ ਡਿਪੂ ਹੋਲਡਰ ਦੇ ਰਾਹੀਂ ਕਰਾਈ ਜਾਵੇ। ਇਹ ਪੋਸੀਬਲ ਨਹੀਂ ਹੈ ਕਿ ਇੰਸਪੈਕਟਰ ਉੱਥੇ ਇੱਕ ਜਗ੍ਹਾ 'ਤੇ ਬੈਠ ਕੇ ਅੰਗੂਠਾ ਲਾ ਕੇ ਵੰਡ ਕਰਾਵੇ। ਅਸੀਂ ਕਣਕ ਵੰਡਣ ਤੋਂ ਮਨਾ ਨਹੀਂ ਕਰਦੇ, ਅਸੀਂ ਤਾਂ ਕੰਮ ਕਰਨ ਤੋਂ ਨਹੀਂ ਕਰਦੇ। ਅਸੀਂ ਡਿਪੂ ਹੋਲਡਰ ਕਣਕ ਵੰਡੇ, ਅਸੀਂ ਸੁਪਰਵੀਜ਼ਨ ਦਾ ਸਾਡਾ ਕੰਮ ਹੈ, ਅਸੀਂ ਸੁਪਰਵੀਜ਼ਨ ਕਰਾਂਗੇ।